ਹਰਿਆਣਾ ਦੇ ਵਿੱਚ ਨੈਬ ਸਿੰਘ ਸੈਣੀ ਹੋਣਾ ਨੇ ਬਤੌਰ ਮੁੱਖ ਮੰਤਰੀ ਸੌ ਚੁੱਕ ਲਈ ਹੈ ਅੱਜ ਸਵੇਰ ਤੱਕ ਮਨੋਲਾਲ ਖੱਟੜ ਜਿਹੜੇ ਆ ਉਹ ਸੀਐਮ ਸੀਗੇ ਅਚਾਨਕ ਇਹ ਖਬਰ ਆਉਂਦੀ ਹੈ ਕਿ ਮਨੋਲਾਲ ਖੱਟੜ ਜਿਹਨੇ ਦੋ ਵਾਰ ਦੇ ਸੀਐਮ ਸੀ ਜਿਨ੍ਹਾਂ ਨੇ 9.5 ਸਾਲ ਜਿਹੜਾ ਹਰਿਆਣਾ ਸਰਕਾਰ ਨੂੰ ਚਲਾਇਆ ਉਹਨਾਂ ਕੋਲੋਂ ਅਸਤੀਫਾ ਲੈ ਲਿਆ ਇੱਥੇ ਪਿੱਛੇ ਅਸਤੀਫਾ ਲੈਣ ਦੇ ਪਿੱਛੇ ਕੀ ਕਾਰਨ ਆ ਉਹ ਆਪਾਂ ਇਹ ਜਾਣਦੇ ਆ ਦਰਅਸਲ ਐਨਟੀ ਇਨਕੰਪੈਂਸੀ ਇੱਕ ਫੈਕਟਰ ਜਿਹੜਾ ਇਸ ਵੇਲੇ ਹਰਿਆਣਾ ਦੇ ਵਿੱਚ ਉੱਭਰ ਰਿਹਾ ਸੀ ਕਿਉਂਕਿ ਜਿੱਥੇ ਇਸ ਵੇਲੇ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਨੇ ਉੱਥੇ ਹੀ ਸਤੰਬਰ ਮਹੀਨੇ ਦੇ ਵਿੱਚ ਜਾਂ ਅਕਤੂਬਰ ਦੇ ਸ਼ੁਰੂ ਦੇ ਵਿੱਚ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਵੀ ਆਉਣ ਵਾਲੀਆਂ ਨੇ ਔਰ ਕਿਸਾਨ ਅੰਦੋਲਨ ਤੋਂ ਬਾਅਦ ਜਿਹੜਾ ਇੱਕ ਕਿਸਾਨਾਂ ਦਾ ਵਿਰੋਧਖੱਟੜ ਸਰਕਾਰ ਬਾਰੇ ਸਾਹਮਣੇ ਆ ਰਿਹਾ ਸੀ ਉਸੇ ਦੇ ਮੱਦੇਨਜ਼ਰ ਸਰਕਾਰ ਨੇ ਇਹ ਨੀਤੀ ਅਪਣਾਈ ਕਿ ਲੋਕ ਸਭਾ ਚੋਣਾਂ ਆ ਰਹੀਆਂ ਨੇ ਇਸੇ ਦੌਰਾਨ ਅਸੀਂ ਸਰਕਾਰ ਬਦਲ ਦਿੰਨੇ ਆ ਤਾਂ ਜੋ ਲੋਕਾਂ ਨੂੰ ਲੱਗੇ ਕਿ ਸਰਕਾਰ ਜਿਹੜੀ ਹੈ ਉਨ੍ਹਾਂ ਦੇ ਪੱਖ ਦੇ ਵਿੱਚ ਖੜੀ ਹੈ ਸਰਕਾਰ ਜਿਹੜੀ ਹੈ ਉਹਨਾਂ ਬਾਰੇ ਸੋਚਦੀ ਹੈ ਕਿਉਂਕਿ ਜਦੋਂ ਆ ਹਾਲ ਹੀ ਦੇ ਵਿੱਚ ਕਿਸਾਨ ਅੰਦੋਲਨ ਸ਼ੁਰੂ ਹੋਇਆ ਫਰਵਰੀ ਮਹੀਨੇ ਦੇ ਵਿੱਚ ਜਿਸ ਵਿੱਚ ਇੱਕ ਕਿਸਾਨ ਨੌਜਵਾਨ ਕਿਸਾਨ ਦੀ ਮੌਤ ਵੀ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਕਿਵੇਂ ਅਦਾਲਤਾਂ ਜਿਹੜੀਆਂ ਨੇ ਉਹ ਸਵਾਲ ਜਵਾਬ ਕਰਦੀਆਂ ਨੇ ਵੀ ਹਰਿਆਣਾ ਸਰਕਾਰ ਨੇ ਬੈਰੀਗੇਟਿੰਗ ਕੀਤੀ ਤੇ ਕੀਤੀ ਕਿਉਂ ਹਰਿਆਣਾ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦੇਣਾ ਚਾਹੁੰਦੀ ਸੀ ਇਹ ਸਭ ਦੇ ਵਿੱਚ ਕਿਤੇ ਨਾ ਕਿਤੇ ਹਰਿਆਣਾ ਸਰਕਾਰ ਦੇ ਵਿੱਚ ਮੌਜੂਦ ਮੰਤਰੀ ਹਰਿਆਣਾ ਸਰਕਾਰ ਦੇ ਭਾਜਪਾ ਦੇ ਆਗੂਆਂ ਨੂੰ ਲੱਗਦਾ ਸੀਗਾ ਕਿ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਇਹ ਇੱਕ ਬਹੁਤ ਵੱਡਾ ਮੁੱਦਾ ਬਣ ਜਾਵੇਗਾ ਔਰ ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਜਦੋਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ ਤਾਂ ਲੋਕਾਂ ਨੇ ਸਾਨੂੰ ਵੋਟ ਨਹੀਂ ਪਾਉਣੀ ਇਸੇ ਦੇ ਚੱਲਦਿਆਂ ਜਦੋਂ ਇਹ ਸਾਰੀਆਂ ਸਰਵੇ ਰਿਪੋਰਟਸ ਦਿੱਲੀ ਗਈਆਂ ਕੇਂਦਰ ਸਰਕਾਰ ਤੱਕ ਗਈਆਂ ਯਾਨੀ ਕਿ ਭਾਜਪਾ ਗਵਰਨਮੈਂਟ ਤੱਕ ਗਈਆਂ ਤਾਂ ਉਹਨਾਂ ਨੂੰ ਲੱਗਾ ਵੀ ਇਹ ਸਹੀ ਮੌਕਾ ਹੈ ਕਿ ਅਸੀਂ ਸੀਐਮ ਨੂੰ ਹੀ ਬਦਲ ਦਈਏ ਔਰ ਏਸوار ਜਿਨ੍ਹਾਂ ਨੂੰ ਸੀਐਮ ਚੁਣਿਆ ਗਿਆ ਉਹ ਵੀ ਆਉਂਦੇ ਨੇ ਕੁਰਕ ਖੇਤਰ ਤੋਂ ਕੁਰਕ ਖੇਤਰ ਤੋਂ ਉਹ ਇਸ ਵੇਲੇ ਲੋਕ ਸਭਾ ਦੇ ਸੰਸਦ ਨੇ ਔਰ ਕੁਰਕ ਖੇਤਰ ਉਹੀ ਸੀਟ ਹੈ ਜਿੱਥੋਂ ਇਸ ਵੇਲੇ ਆਮ ਆਦਮੀ ਪਾਰਟੀ ਤੇ ਕਾਂਗਰਸ ਰਲ ਕੇ ਚੋਣਾ ਲੜਨਗੇ ਜਿਹੜਾ ਇੰਡੀਆ ਅਲਾਈਅንስ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਹਿੱਸੇ ਕੁਰਕ ਖੇਤਰ ਦੀ ਸੀਟ ਆਈ ਹੈ ਔਰ ਜਿਹੜੇ ਨੈਭ ਸਿੰਘ ਸੈਣੀ ਨੇ ਇਸ ਵੇਲੇ ਲੋਕ ਸਭਾ ਹਲਕਾ ਕੁਰਕ ਖੇਤਰ ਤੋਂ ਸੰਸਦ ਸੀਗੇ ਉਹਨਾਂ ਨੂੰ ਕੁਰਕ ਖੇਤਰ ਤੋਂ ਬੁਲਾ ਲਿਆ ਤਾਂ ਗਿਆ ਬਣਾਤਾ ਗਿਆ ਮੁੱਖ ਮੰਤਰੀ ਔਰ ਕੁਰਕ ਖੇਤਰ ਜਿਹੜੀ ਸੀਟ ਖਾਲੀ ਹੋਈ ਆ ਲੋਕ ਜਿਹੜੇ ਕੁਰਕ ਖੇਤਰ ਦੇ ਜਿਨ੍ਹਾਂ ਨੇ ਭਾਜਪਾ ਨੂੰ ਵੋਟ ਦੇ ਕੇ ਉਹਨਾਂ ਨੂੰ ਸੰਸਦ ਮੈਂਬਰ ਬਣਾਇਆ ਸੀ ਉਹਨਾਂ ਨੂੰ ਲੱਗੇਗਾ ਕਿ ਸਰਕਾਰ ਸਾਡੇ ਬਾਰੇ ਬਹੁਤ ਖਿਆਲ ਰੱਖਦੀ ਹੈ ਇਸੇ ਕਰਕੇ ਹੁਣ ਜਿਸ ਨੂੰ ਵੀ ਭਾਜਪਾ ਕੁਰਕ ਖੇਤਰ ਤੋਂ ਟਿਕਟ ਦੇਵੇਗੀ ਸੰਭਾਵਨਾ ਹੈ ਕਿ ਉਹ ਸ਼ਖਸ ਜਿਹੜਾ ਜਿੱਤ ਜਾਏਗਾ ਕਿਉਂਕਿ ਭਾਜਪਾ ਨੂੰ ਲੱਗਦਾ ਹੈ ਕਿ ਐਂਟੀ ਇਨਕੰਪੈਂਸੀ ਇੱਕ ਬਹੁਤ ਵੱਡਾ ਇਸ ਵੇਲੇ ਹਰਿਆਣਾ ਦੇ ਵਿੱਚ ਫੈਕਟਰ ਹੈਗਾ ਔਰ ਹਰਿਆਣਾ ਦੇ ਵਿੱਚ ਜਿਹੜਾ ਭਾਜਪਾ ਦੇ ਕੋਲ ਇਸ ਵੇਲੇ 41 ਸੀਟਾਂ ਸੀਗੀਆਂ ਦੂਸਰੇ ਪਾਸੇ ਕਾਂਗਰਸ ਦੇ ਕੋਲ 30 ਸੀਟਾਂ ਸੀਗੀਆਂ ਇੰਡੀਅਨ ਨੈਸ਼ਨਲ ਲੋਕਦਲ ਕੋਲ 10 ਸੀਟਾਂ ਸੀਗੀਆਂ 6 ਆਜ਼ਾਦ ਜਿੱਤੇ ਹੋਏ ਸੀ ਔਰ ਭਾਜਪਾ ਦੀ ਭਾਈਵਾਲ ਪਾਰਟੀ ਜਜਪੀ ਜਨ ਨਾਇਕ ਜਨਤਾ ਪਾਰਟੀ ਜਿਹਦੇ ਜਿਹੜੇ ਦੁਸ਼ਯੰਤ ਚੋਟਾਲਾ ਡਿਪਟੀ ਮੁੱਖ ਮੰਤਰੀ ਸੀ 10 ਸੀਟਾਂ ਉਹਨਾਂ ਦੇ ਕੋਲ ਵੀ ਸੀਗੀਆਂ ਪਰ ਇਹ ਸਭ ਦੇ ਵਿੱਚ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਥੋੜੇ ਸਮੇਂ ਵਾਸਤੇ 41 ਤੇ 6 ਆਜ਼ਾਦ ਜਿਹੜੇ ਇਹਨਾਂ ਦੇ ਨਾਲ ਹੈ ਇਹ ਬਣ ਗਏ 46 ਔਰ ਇਹਨਾਂ ਨੂੰ ਚਾਹੀਦੇ ਕਿੰਨੇ ਆ ਮਿਨੀਮਮ 46 ਹੀ ਚਾਹੀਦੇ ਆ ਇਹ 46 ਜਿਹੜੇ ਬੰਦੇ ਮੈਨੇਜ ਕੀਤੇ ਜਾ ਸਕਦੇ ਆ ਕਿਉਂਕਿ ਭਾਜਪਾ ਦੇ ਕੋਲ 41 ਆ ਆਜ਼ਾਦ 6 ਜਿਹੜੇ ਆ ਉਹ ਇਹਨਾਂ ਦੇ ਹੱਕ ਵਿੱਚ ਆ 47 ਬੰਦੇ ਇਸ ਵੇਲੇ ਇਹਨਾਂ ਦੇ ਕੋਲ ਆ ਇਹਨਾਂ ਨੂੰ ਲੱਗਦਾ ਹੈ ਕਿ ਕੁਝ ਮਹੀਨਿਆਂ ਤੱਕ ਇਹਨਾਂ ਨੂੰ ਮੈਨੇਜ ਕੀਤਾ ਜਾ ਸਕਦਾ ਏਸੇ ਦੇ ਚਲਦਿਆਂ ਇਹਨਾਂ ਨੇ ਖੱਟੜ ਜਿਹੜੇ ਸੀਐਮ ਖੱਟੜ ਸੀਗੇ ਉਹਨਾਂ ਨੂੰ ਗੱਡੀ ਤੋਂ ਲਾਹ ਦਿੱਤਾ ਔਰ ਨਾਇਬ ਸਿੰਘ ਸੈਣੀ ਨੂੰ ਇਸ ਵੇਲੇ ਹਰਿਆਣਾ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਕਿਉਂਕਿ ਸਰਵੇ ਰਿਪੋਰਟਸ ਇਹੀ ਕਹਿ ਰਹੀਆਂ ਸੀਗੀਆਂ ਕਿ ਐਂਟੀ ਇਨਕੰਪੈਂਸੀ ਇੱਕ ਬਹੁਤ ਵੱਡਾ ਫੈਕਟਰ ਹੈ ਕਿਉਂਕਿ ਜਾਟ ਲੀਡਰ ਨੇ ਉੱਥੇ ਕਿਸਾਨ ਆਗੂ ਨੇ ਉੱਥੇ ਭਾਜਪਾ ਤੋਂ ਨਾਰਾਜ਼ ਚੱਲ ਰਹੇ ਨੇ ਮੋਦੀ ਸਰਕਾਰ ਤੋਂ ਖਫਾ ਚੱਲ ਰਹੇ ਨੇ ਇਸੇ ਦੇ ਚੱਲਦਿਆਂ ਇਸੇ ਮੱਦੇ ਨਜ਼ਰ ਜਦੋਂ ਲੋਕ ਸਭਾ ਚੋਣਾਂ ਬਿਲਕੁਲ ਸਿਰ ਦੇ ਉੱਤੇ ਆ ਤਾਂ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਕਹਿ ਲਈ ਇਹਨਾਂ ਨੇ ਫੈਸਲਾ ਲਿਆ ਕਿ ਇਹ ਬਿਲਕੁਲ ਸਹੀ ਮੌਕਾ ਹੈਗਾ ਕਿ ਆਪਾਂ ਸਰਕਾਰ ਦੇ ਵਿੱਚ ਜਿਹੜਾ ਚਿਹਰਾ ਹੈ ਜਿਹੜਾ ਮੁੱਖ ਮੰਤਰੀ ਚਿਹਰਾ ਉਹਨੂੰ ਤਬਦੀਲ ਕਰ ਦਿੰਨੇ ਆ ਤਾਂ ਜੋ ਲੋਕਾਂ ਨੂੰ ਇਸ ਤਰ੍ਹਾਂ ਲੱਗੇ ਵੀ ਜੋ ਕੁਝ ਮਾੜਾ ਕੀਤਾ ਜਾਂ ਜੋ ਕੁਝ ਇਹ ਸਰਕਾਰ ਦੇ ਖਿਲਾਫ ਐਂਟੀ ਇਨਕਮਪੈਂਸੀ ਸੀਗੀ ਉਹ ਤਾਂ ਮਲੋਹਰ ਮਨੋਹਰ لال ਖੱਟਰ ਦੇ ਖਿਲਾਫ ਸੀ ਨੈਬ ਸਿੰਘ ਸੈਣੀ ਇੱਕ ਨਵਾਂ ਚਿਹਰਾ ਲਿਆ ਕੇ ਉਹਨਾਂ ਨੇ ਜਿਹੜਾ ਲੋਕਾਂ ਦੇ ਸਾਹਮਣੇ ਉਹਨਾਂ ਦੇ ਰੂਬਰੂ ਕੀਤਾ ਨੈਬ ਸਿੰਘ ਸੈਣੀ ਜਿਨ੍ਹਾਂ ਨੇ ਬਤੌਰ ਮੁੱਖ ਮੰਤਰੀ ਸੌ ਚੁੱਕਲੀ ਹੈ ਔਰ ਇੱਥੇ ਇੱਕ ਗੱਲ ਹੋਰ ਵੀ ਹੈ ਅਨਿਲ ਵਿਜ ਜਿਹੜੇ ਗ੍ਰਹਿ ਮੰਤਰੀ ਆ ਹਰਿਆਣਾ ਦੇ ਉਹ ਇਸ ਵੇਲੇ ਨਿਰਾਸ਼ ਚੱਲ ਰਹੇ ਆ ਕਿਉਂਕਿ ਪਹਿਲਾਂ ਸਵੇਰੇ ਕੰਸੂਆ ਇਹ ਸੀਗੇ ਆ ਕਿ ਅਨਿਲ ਵਿਜ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਪਰ ਇਹ ਸਭ ਦੇ ਵਿੱਚ ਨਬ ਸਿੰਘ ਸੈਣੀ ਜਿਹੜੇ ਆ ਉਹ ਸੀਐਮ ਹੋਣਗੇ ਹੁਣ ਬਣ ਚੁੱਕੇ ਨੇ ਸੌ ਉਹਨਾਂ ਨੇ ਚੁੱਕ ਲਈਆ ਹਰਿਆਣਾ ਦੇ ਸੋ ਕਿਤੇ ਨਾ ਕਿਤੇ ਇਹ ਸਭ ਕੁਝ ਜਿਹੜਾ ਚੋਣਾਂ ਦੇ ਮੱਦੇਨਜ਼ਰ ਐਂਟੀ ਇਨਕੰਪੈਂਸੀ ਦੇ ਮੱਦੇਨਜ਼ਰ ਹੋਇਆ ਜੋ ਕੁਝ ਅੱਜ ਹਰਿਆਣਾ ਦੇ ਵਿੱਚ ਹੋਇਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ